Você acha que ela disse no... Você acha que ela disse no... ਅੱਜ ਦਾ ਵਲੌਗ ਹੈਗਾ ਅਸੀਂ ਜਾ ਰਹੇ ਹਾਂ ਗਰਲਸ ਡੇ ਆਊਟ ਹਾਫ ਡੇ ਆਊਟ ਹੈ ਇਹ ਦੀਵਾਲੀ ਦੀ ਫੁੱਲ ਨਹੀਂ ਹੈ ਫੁੱਲ ਡੇ ਆਊਟ ਨਹੀਂ ਹੈ ਇਹ ਹਾਫ ਡੇ ਆਊਟ ਹੈ ਕਿਉਂਕਿ ਉਸ ਤੋਂ ਬਾਅਦ ਮੈਂ ਜੋਬ ਲਿਖ ਕੇ ਜਾਣਾ ਕਿਵੇਂ ਉਹ ਸਾਰੇ ਜਣੇ ਵੀ ਹੋਪ ਸਾਰੇ ਵਧੀਆ ਹੋਣਗੇ ਸੋ ਆਪਾਂ ਦੀਵਾਲੀ ਸ਼ੋਪਿੰਗ 'ਤੇ ਜਾ ਰਹੇ ਹਾਂ ਥੋੜ੍ਹਾ ਜਿਹਾ ਸਮਾਨ ਲੈਣਾ ਬਸ ਉਹ ਸਮਾਨ ਲੈਣ ਜਾ ਰਹੇ ਹਾਂ ਯੈਸ ਸੋ ਅਸੀਂ ਨਿਕਲ ਪਏ ਹਾਂ ਯਾਰ ਪਿੱਛੇ ਪਿੱਛੇ ਕਿਉਂ ਆ ਰਿਹਾ ਯਾਰ ਤੂੰ ਕਿਤੇ ਹੋਰ ਚਲੇ ਜਾ ਫਿਰ ਪਹਿਲਾਂ ਇਹਨੂੰ ਕਾਰੇ ਲੈਣ ਦੋ ਅਸੀਂ ਖਾਣ ਕਰ ਸਕਦੇ ਹਾਂ ਅਸੀਂ ਨਿਕਲ ਪਏ ਹਾਂ ਪਿੱਛੇ ਨਾ ਪੁਲਿਸ ਦੀ ਕਾਰ ਹੈ ਜੋ ਕਿ ਮੈਨੂੰ ਹਲਕੀ ਕਰ ਰਹੀ ਹੈ ਹਲਕੀ ਅਸੀਂ ਕੁਛ ਨਹੀਂ ਕੀਤਾ ਹੈਗਾ ਉਹ ਤਾਂ ਵੈਸੇ ਹੀ ਆ ਰਿਹਾ ਬਟ ਸਾਨੂੰ ਹੁਣ ਇਹ ਡਾਈਟ ਡਾਊਟ ਹੋਈ ਜਾ ਰਿਹਾ ਕਿ ਅਸੀਂ ਕੁਛ ਕੀਤਾ ਤਾਂ ਨਹੀਂ ਹੈਗਾ ਜਿਹੜਾ ਕਿ ਅਨਨੋਇੰਗਲੀ ਹੋ ਗਿਆ ਨਾ ਅਨਨੋਇੰਗਲੀ ਸੋ ਯਾਰ ਇਹ ਸੱਚੀ ਡਿਸਟਰੈਕਸ਼ਨ ਹੈ ਕਿਉਂਕਿ ਮੈਨੂੰ ਕਿਉਂਕਿ ਅਸੀਂ ਕੈਮਰੇ 'ਤੇ ਹੈ ਨਾ ਰਹਿਣੇ ਦਵਾਂ ਵਾਲੇ ਪੁਲਿਸ ਹੀ ਪੁਲਿਸ ਹੋਈ ਪਈ ਹੈ ਇੱਥੇ ਪਤਾ ਨਹੀਂ ਕਿਉਂ ਆ ਰਹੇ ਹੈ ਔਰ ਕਈ ਸਾਡੇ ਪਿਆਰੇ ਪਿਆਰੇ ਸਬਸਕ੍ਰਾਈਬਰਸ ਕਹਿ ਰਹੇ ਸੀ ਅਸੀਂ ਵੀਡੀਓ ਕਾਰ ਡਰਾਈਵ ਕਰਦੇ ਹੋਏ ਵੀਡੀਓ ਨਾ ਬਣਾਈਏ ਜੇ ਆਪਾਂ ਨਾ ਵੀ ਬਣਾ ਰਹੇ ਹੋ ਨਾ ਅਸੀਂ ਇੱਦਾਂ ਹੀ ਬੋਲਦੇ ਰਹਿੰਦੇ ਹਾਂ ਇਟਸ ਨੋਟ ਜਸਟ ਮੇਰੇ ਹੱਥ ਕੈਮਰਾ ਨਹੀਂ ਹੁੰਦਾ ਰੂਪੀ ਦੇ ਹੱਥ ਕੈਮਰਾ ਹੁੰਦਾ ਹੈ ਹਾਂ ਸੋ ਅਸੀਂ ਗੱਲਾਂ ਤਾਂ ਇੱਦਾਂ ਹੀ ਕਰਦੇ ਆਉਂਦੇ ਹੁੰਦੇ ਇਟ ਜਸਟ ਮੈਂ ਹੱਥ ਐ ਰੱਖ ਲੈਂਦੀ ਹਾਂ ਦੈਟਸ ਬਟ ਇਟਸ ਸੋ ਨਾਈਸ ਆਫ ਯੂ ਗਾਇਸ ਕਿ ਤੁਹਾਨੂੰ ਸਾਡੀ ਇੰਨੀ ਫਿਕਰ ਹੈ ਹਾਂਜੀ ਤੁਸੀਂ ਇੰਨੀ ਪਰਵਾਹ ਕਰਦੇ ਹਾਂ ਸਾਡੀ ਯੈਸ ਲੁੱਕ ਜੇ ਤੁਹਾਨੂੰ ਲੱਗਦਾ ਸਾਨੂੰ ਨਹੀਂ ਬਣਾਉਣੀ ਚਾਹੀਦੀ ਇਟਸ ਓਕੇ ਨੋਟ ਅ ਬਿਗ ਥਿੰਗ ਅਸੀਂ ਨਹੀਂ ਬਣਾਵਾਂਗੇ ਡਰਾਈਵ ਕਰਦੇ ਹੋਏ ਪਤਾ ਨਹੀਂ ਕੀ ਪ੍ਰੋਬਲਮ ਹੈ ਕੁਛ ਤਾਂ ਹੋਇਆ ਅੱਜ ਮੈਲਬਨ 'ਚ ਜਿਹੜੀ ਇੰਨੀ ਪੁਲਿਸ ਹੈ ਯੂਜਲੀ ਹੁੰਦੀ ਨਹੀਂ ਇੰਨੀ ਸੀਰੀਅਸਲੀ ਔਰ ਮੇਰਾ ਗਲਾ ਫੇਰ ਖਰਾਬ ਹੈ ਕੱਟ ਠੀਕ ਹੋ ਗਿਆ ਮੇਰਾ ਸਭ ਕੁਛ ਇੰਜਰ ਪਿੰਜਰ ਹੁਣ ਐਗਜ਼ਮਾ ਠੀਕ ਹੈ ਇੱਕ ਗੁੱਡ ਨਿਊਜ਼ ਆਈ ਡੋਂਟ ਨੋ ਹਾਊ ਆਪੇ ਠੀਕ ਹੋ ਗਿਆ ਹੁਣ ਪੁਲਿਸ ਵਾਲਾ ਥੈਂਕ ਗੋਡ ਰਿਲੀਫ ਮੇਰਾ ਧਿਆਨ ਪਿੱਛੇ ਹੀ ਸੀਗਾ ਪਿੱਛੇ ਹੀ ਮੈਂ ਸੋਚ ਰਹੀ ਯਾਰ ਕੁਛ ਇਹੋ ਜਿਹਾ ਕਰਿਆ ਵੀ ਨਹੀਂ ਹੈ ਫੰਬਲ ਵੱਜ ਰਿਹਾ ਦੇਖ ਕੇ ਪੁਲਿਸ ਦੀ ਗੱਡੀ ਕੋਈ ਨਾ ਕੰਮ ਕਰ ਹੀ ਦੇਣਾ ਸੀਗਾ ਮੈਂ ਇੰਡੀਆ ਚੱਲ ਜਾਂਦਾ ਸੀਗਾ ਨਾ ਮਾਮੇ ਸਾਡੇ ਤਿੰਨ ਮਾਮੇ ਆ ਸਾਡੇ ਔਰ ਤਿੰਨੋ ਪੁਲਿਸ ਚ ਹੈ ਤਿੰਨੋ ਮਾਮੇ ਪੁਲਿਸ ਚ ਤੇ ਇਹਦੀ ਵੀ ਇੱਕ ਮਾਸੀ ਮੇਰੀ ਵੀ ਇੱਕ ਮਾਸੀ ਅੱਗੇ ਨੌਰੀਨ ਦੀਆਂ ਦੋ ਮਾਸੀਆਂ ਨੌਰੀਨ ਦੀਆਂ ਦੋ ਮਾਸੀਆਂ ਮੈਂ ਬਾਲ ਖੋਲ ਲਏ ਹਨਾ ਖੋਲੇ ਵੀ ਜ਼ਿਆਦਾ ਸੋਹਣੇ ਲੱਗਦੇ ਆ ਹਨਾ ਹੈ ਨਾ ਸੰਦੀਪ ਜੋ ਮਰਜ਼ੀ ਕਰ ਮੈਨੂੰ ਗੱਡੀ ਲਾਉਣ ਦੇ ਤੂੰ ਇਸੇ ਕਰਕੇ ਕਹਿੰਦੇ ਆ ਸਬਸਕ੍ਰਾਈਬਰਸ ਰੂਪ ਬਹੁਤ ਡਿਸਟਰਬਿੰਗ ਐਲੀਮੈਂਟ ਹੈ ਆਰਾਮ ਨਾਲ ਦੇਖੀ ਦੇਖੀ ਹੱਪਲ ਗਏ ਡੇਢ ਸਾਲ ਹੋ ਗਿਆ ਡਰਾਈਵ ਕਰਦੀ ਨੂੰ ਆਪ ਟੱਚ ਵੁੱਡ ਮੈਂ ਅੱਜ ਤੱਕ ਕਦੀ ਮਾਰੀ ਨਹੀਂ ਯਾਰ ਕਿਉਂ ਬੋਲਦੇ ਐ ਅੱਜ ਮੇਰਾ ਫੇਸ ਤੇ ਸਵੈਲਿੰਗ ਲੱਗ ਰਹੀ ਹੈ ਨਾ ਦੇਖ ਹੋ ਗਈ ਲੱਗ ਗਈ ਨਾ ਲੱਗੀ ਆ ਕੱਢਲ ਪੇ ਫੇਕ ਲਾਉਂਦੀ ਆ ਦੇਖ ਰਹੀ ਆ ਮੈਨੂੰ ਘੂਰ ਘੂਰ ਕੇ ਕਾਹਦ ਲੋ ਦੇਖ ਕੋਈ ਨਹੀਂ ਕੋਈ ਨਹੀਂ
ਯਾਰ ਜੈਕਟ ਖੋਲ ਕੇ ਜਾਈਏ ਹਾਂ ਪਲੀਜ਼ ਅੰਦਰ ਏਸੀ ਬੜਾ ਚੱਕਿਆ ਹੁੰਦਾ ਹੈ ਨਾ ਇੱਕ ਤਾਂ ਇਹਨਾਂ ਨੇ ਕੋਈ ਨਹੀਂ ਚੱਕਿਆ ਹੁੰਦਾ ਇਹਨਾਂ ਏਸੀ ਮੈਂ ਹਰ ਵਕਤ ਹੀਟਰ ਮੂਰੇ ਬਹਿਣ ਵਾਲੀ ਕੁੜੀ ਬੜੀ ਤੂੰ ਸਹਿਜਾਦੀ ਯਾਰ ਬਹੁਤ ਜ਼ਿਆਦਾ ਚੰਦ ਖੋਲੀ ਬੜੇ ਤੁਸੀਂ ਸਹਿਜਾਦੇ ਮੈਂ ਠਾਰ ਲੂੰਗੀ ਠੰਡ ਚ ਉਤਾਰੋ ਇਹਨੂੰ ਡਰੈਸ ਦੀ ਬਜਾਈ ਮਾਰਤੀ ਜੈਕਟ ਨੇ ਪਤਾ ਇੰਡੀਆ ਨਾਲ ਕਾਲਜ ਜਾਣਾ ਹੁੰਦਾ ਸੀਗਾ ਮੈਂ ਹਮੇਸ਼ਾ ਆਪਣੀ ਟੌਪ ਜਾਂ ਜੋ ਵੀ ਪਾਉਣਾ ਹੁੰਦਾ ਉਹਦੇ ਥੱਲੇ ਮੈਂ ਦੋ ਵਾਰਮਰ ਦੋ ਦੋ ਪੇਅਰ ਜਰਾਬਾਂ ਦੇ ਹਾਏ ਰੱਬਾ ਏਦਾਂ ਜਾਂਦੀ ਸੀ ਮੈਂ ਔਰ ਜਿਸ ਦਿਨ ਜ਼ਿਆਦਾ ਧੁੰਦ ਪਈ ਹੁੰਦੀ ਸੀ ਨਾ ਡੈਡੀ ਪਹਿਲਾਂ ਹੀ ਕਹਿੰਦੇ ਸੀ ਤੇਰੇ ਬਸ ਦਾ ਨਹੀਂ ਅੱਜ ਤੂੰ ਛੁੱਟੀ ਉਹ ਮਾਰ ਲੈ ਫਿਰ ਮੈਂ ਛੁੱਟੀ ਮਾਰ ਲੈਂਦੀ ਸੀ ਉਸ ਦਿਨ ਚੱਲ ਚੱਲ ਗਿਆ ਫਿਰ ਦੀਦੀ ਮੇਰਾ ਜੂਠਾ ਪਾਣੀ ਪੀ ਰਿਹਾ ਹੁਣ ਇਹ ਤਨ ਤਨ ਹੋ ਚੜ ਗਿਆ ਅੱਜ ਸਪੈਸ਼ਲੀ ਕਿਉਂਕਿ ਮੇਰਾ ਗਲਾ ਖਰਾਬ ਹੈ ਹੁਣ ਦੇਖਿਓ ਬਿਮਾਰੀ ਫੈਲਾਤੀ ਮੈਮ ਇਹਨਾਂ ਨੇ ਬਿਮਾਰੀ ਵੈਸੇ ਫੈਲਾਈ ਹੋਈ ਹੈ ਘਰ 'ਚ ਇੰਨੀ ਇੱਕ ਮੈਂ ਹੀ ਬਚੀ ਹੋਈ ਸੀ ਘਰ 'ਚ ਨਾ ਖੰਘ ਜ਼ੁਕਾਮ ਤੋਂ ਇਹ ਲੋਕ ਪਤਾ ਨਹੀਂ ਕਿੱਥੋਂ ਲੈ ਕੇ ਆਏ ਆ ਬਿਮਾਰੀ ਜੀ ਇਹ ਅਸੀਂ ਸੰਦੀਪ ਦੀਦੀ ਲਈ ਲੈ ਕੇ ਆਏ ਮੈਨੂੰ ਵੀ ਕਰਤਾ ਮੈਨੂੰ ਬਹੁਤ ਪਿਆਰੀ ਆ ਆਪਣੀ ਭੈਣ ਠੀਕ ਮੈਂ ਕਿਹਾ ਮੈਂ ਖਾਲੀ ਕਿਉਂ ਸਫ਼ਰ ਕਰਾਂ ਨਾਲ ਇਹਨੂੰ ਵੀ ਕਰਾਉਂਗੀ ਕਿਉਂਕਿ ਸਾਸ ਵੀ ਖਰੀ ਬਹੁ ਟਿੰ 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 ਸੋ ਹੈ ਵੀ ਕੰਮ ਡਾਇਨਿੰਗ ਤਾਂ ਹੈ ਨਹੀਂ ਵੈਸੇ ਇੱਥੇ ਲੰਚਿੰਗ ਹੋ ਗਈ ਮਤਲਬ ਲੰਚਿੰਗ ਹੋ ਗਈ ਲੰਚ ਡਾਇਨਿੰਗ ਦਾ ਮਤਲਬ ਹੈ ਠੰਡ ਇੱਥੇ ਕਿੰਨੀ ਉੱਥੇ ਦੇਖੋ ਜਾ ਕੇ ਯੂ ਲੁੱਕ ਗੁੱਡ ਔਰ ਨੋ ਸੋ ਪ੍ਰੀਟੀ ਹੈ ਇਹ ਕਿਹਾ ਉਹ ਕਹਿੰਦੇ ਉਹ ਹੈ ਗੁੱਡ ਲੁਕਿੰਗ ਪਿੱਛੇ ਭਾਈ ਵੀ ਦੇਖ ਰਿਹਾ ਸੀ ਪੰਜਾਬੀ ਹੋਈ ਨਾ ਹੋਵੇ ਹੁਣ ਸਾਰੀ ਦੁਨੀਆ ਹੀ ਦੇਖਦੀ ਆ ਯੂਟਿਊਬ 'ਤੇ ਇੱਥੇ ਦੇਖ ਸਮਾਈਲ ਚੰਪ ਕਰਨ ਨੂੰ ਯਾਰ ਕਰੀਏ ਛੋਟੇ ਹੀ ਹੈ ਕਰ ਸਕਦੇ ਅਸੀਂ ਜੰਪ ਮੈਂ ਬੜਾ ਦਿਨ ਵੀ ਜੰਪਦੇ ਚਲੋ ਕਰੀਏ ਅੱਜ ਇਹ
ਇੱਥੇ ਜਾਣਾ ਆਪਾਂ ਜਾਣਾ ਡੋਸਾ ਹੱਟ ਦੀ ਜਿਹੜਾ ਘਰੋਂ ਪਰੌਂਠਾ ਜਿਹਾ ਖਾ ਕੇ ਆਏ ਹਾਂ ਨਾ ਉਹੀ ਪਰੌਂਠਾ ਪੂਮਾ 'ਚ ਖਾ ਲਿਆ ਹੁਣ ਤਾਂ ਕੌਫੀ ਕੂਫੀ ਪੀਵਾਂਗੇ ਹੈ ਨਾ ਕੌਫੀ ਚਾਹੀਦੀ ਹੈ ਹੁਣ ਤਾਂ ਕੀ ਲਿਖਿਆ ਲਾਈਫ ਇਜ਼ Delicious, that's true. Delicious, अच्छा ये तो बस की चीज ही नहीं है बहुत पढ़ ले बुक शॉप्स नो वेज दीदी लेने झूठे फिर झूठे लेने फिर चल फिर आज फिर बैठिए फिर लेना कुछ कर ले देखना बड़ा जो यार ਕੁਛ ਮਿਲ ਗਿਆ ਨਾ ਫਿਰ ਮੈਂ ਲੈ ਲਾਂ ਕੁਛ ਲੈ ਲਾਂਗੇ ਨਾ ਡੈਕੋਰੇਟ ਕਰਨ ਲਈ ਕੋਈ ਕੈਂਡਲਸ ਜਾਂ ਕੁਛ ਸੋਹਣਾ ਜਿਹਾ ਪਰ ਤਾਂ ਸ਼ਾਂਤੀ ਰਹਿੰਦੀ ਆ ਠੀਕ ਹੈ ਨਾ ਅਤੇ ਕਿੰਨਾ ਸੋਹਣਾ ਨਾ ਯਾਰ ਐਂਟਰੀ 'ਤੇ ਰੱਖਣੀ ਔਰ ਇਹ ਨਾ ਆਪਣੇ ਕਲਰ ਘਰ ਦੇ ਕਲਰਸ ਨਾਲ ਵੀ ਜਾ ਰਿਹਾ ਬਰਾਊਨ ਬਰਾਊਨ ਦਾ 15 ਦੇ 23 ਕਿੰਨੇ ਹੋ ਗਏ ਹੈ ਪਤਾ ਨਹੀਂ 15 ਦੇ 23 38 ਚਲੋ ਜੀ ਸਤਿ ਸ਼੍ਰੀ ਅਕਾਲ ਜੀ ਹੈ ਨਾ ਸਹੀ ਗੱਲ ਐਵੇਂ ਲੱਗ ਰਿਹਾ ਰਾਜਸਥਾਨ ਵਾਲੀ ਸਾਈਡ ਆ ਗਏ ਲਾਈਕ ਸਟਾਫ ਉੱਦਾਂ ਦਾ ਇੰਨਾ ਛੋਟਾ ਜਿਹਾ ਖੁੱਲ੍ਹਦਾ ਸੀ ਇਹਨੂੰ ਰਗੜ ਗਿਆ ਤੂੰ ਜੀਨ ਆਊਗਾ ਆਊਗਾ ਤੁਹਾਡੇ ਸਿਰ 'ਚ ਹੀ ਮਾਰੂਗਾ ਚੱਕ ਕੇ ਉਹ ਆ ਗਿਆ ਆਪਾਂ ਮੇਕਅਪ ਵਾਲੀ ਸ਼ੌਪ 'ਚ ਇੱਥੇ ਆ ਕੇ ਪਿੰਗਲ ਦਿੰਦੇ ਆ ਨਾਲੇ ਉਹ ਵੀ ਪਤਾ ਨਹੀਂ ਕਿੰਨੇ ਲੋਕਾਂ ਨੇ ਯੂਜ਼ ਕੀਤਾ ਹੋਊਗਾ ਯਾਰ ਇਹ ਵੀ ਕਿੱਟ ਵੀ ਅੱਛੀ ਆ ਇੱਥੇ ਅਸੀਂ ਹੁਣੀ ਫੋਟੋ ਖਿਚਾਈ ਹੈ ਸੋਹਣਾ ਸੀ ਨਾ ਮੇਰਾ ਮੈਨੂੰ ਪਤਾ ਨਹੀਂ ਸੀ ਕੈਮਰਾ ਉੱਪਰ ਹੈ ਮੈਂ ਦੂਜੀ ਵਾਰੀ ਵੀ ਕਿਹਾ ਮੈਂ ਕਿਹਾ ਕੈਮਰਾ ਉੱਪਰ ਹੈ ਨੀਚੇ ਨਾ ਆਪਣੇ ਆਪ ਨੂੰ ਆਪਣੇ ਆਪ 'ਚ ਦੇਖ ਰਿਹਾ ਨਹੀਂ ਮੈਂ ਫਿਰ ਤੀਸਰੀ ਵਾਰੀ ਵੀ ਕਿਹਾ ਫਿਰ ਵੀ ਉਹੀ ਸ਼ੋਟ ਲਿਆ ਮਾਈ ਗੋਡ ਦੇਖੋ ਨੀਚੇ ਹੀ ਦੇਖ ਰਿਹਾ ਹਲੇ ਵੀ ਹੋਣਾ ਚਾਹੀਦਾ ਰਿਮੈਂਬਰ ਜਦ ਮੈਂ ਕਿਹਾ ਸੀ ਤੁਹਾਨੂੰ ਇਹ ਆਹ ਲੈਣ ਦੀ ਸੋਚ ਰਿਹਾ ਪੋਮ ਪੋਮਸ ਵਾਲੇ ਈਅਰਿੰਗਸ ਇਹ ਥੋੜ੍ਹਾ ਇੱਦਾਂ ਹੋ ਗਿਆ ਪਰ ਹੁਣ ਤਾਂ ਦੇਖ ਕੇ ਆਈਏ ਲਵਿਸਾ ਵਾਲਿਆਂ ਦੇ ਨਹੀਂ ਫਿਰ ਮੈਂ ਆਹ ਚੱਕ ਲੈਣਾ ਹਾਂ ਲਵਿਸਾ ਵਾਲਿਆਂ ਦਾ ਦੇਖ ਲੈਂਦੇ ਹਾਂ ਹੁਣੇ ਆਪਾਂ ਇੱਕ ਯੂਟਿਊਬਰ ਨੂੰ ਮਿਲ ਕੇ ਆਏ ਹਾਂ ਇੰਨੀ ਨਾਈਸ ਸੀ ਨਾ ਯਾਰ ਸੱਚੀ ਤਦੀ ਫੋਲੋ ਬੈਕ ਕਰ ਲਿਆ ਇੱਕ ਵਾਰੀ ਕਹਿਣ ਦੀ ਦੇਰ ਸੀ ਤਦੀ ਨੋਟੀਫਿਕੇਸ਼ਨ ਆ ਗਈ ਸਾਨੂੰ ਦੀਦੀ ਆ ਵੀ ਪਾਣਗੇ ਨਾਲ ਫਿਰ ਦੀਦੀ ਕਹਿਣਗੇ ਕਿ ਸੌਰੀ ਨਾਲੇ ਜ਼ਿਆਦਾ ਵੱਡੀ ਆ ਇੱਥੇ ਪਰਸ ਜ਼ਿਆਦਾ ਉਹ ਮਹਿੰਦੀ ਜੂਲਰੀ ਦੀ ਆ ਨਾ ਨਾਲੇ ਅੱਛੇ ਲੱਗ ਰਹੇ ਆ ਬਹੁਤ ਅੱਛੇ ਆ ਬਟ ਕਲਰਸ ਨਹੀਂ ਮੈਚ ਕਰ ਰਹੇ ਨਾ ਸੋ ਕਿੰਨੇ ਸੋਹਣੇ ਆ ਆਈ ਲਵ ਇਟ ਬਹੁਤ ਸੋਹਣੇ ਆ ਰੀਜ਼ਨੇਬਲ ਸਾਈਜ਼ ਹੈ ਨਾ ਇਹ ਬੜਾ ਜੇ ਚ ਬਲੂ ਨਾ ਹੁੰਦਾ ਬਲੂ ਦੀ ਬਜਾਏ ਔਰੇਂਜ ਹੁੰਦਾ ਜਿਹੜਾ ਉਹ ਮੇਨ ਟੈਸਲ ਹੈ ਜਿਹੜਾ ਹੈ ਨਾ ਫਿਰ ਸੋਹਣਾ ਲੱਗਣਾ ਸੀ ਨਹੀਂ ਯਾਰ ਕੰਪਰੋਮਾਈਜ਼ ਕਿਉਂ ਕਰੇ ਹਮ ਕੰਪਰੋਮਾਈਜ਼ ਕਿਉਂ ਕਰੇ ਹੁਣ ਜੇ ਸ਼ੋਪਿੰਗ ਆਏ ਆ ਚੰਗੀ ਤਰ੍ਹਾਂ ਲੈ ਕੇ ਜਾਊਂਗੀ ਨਾ ਸਾਰਾ ਹੀ ਪਿੰਕ 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 ਹੋ ਗਿਆ ਇਸ 'ਚ ਨਾ ਔਰੇਂਜਿਸ ਰੈਡਸ ਹੈ ਤਾਂ ਥੋੜ੍ਹਾ ਕੰਬੀਨੇਸ਼ਨ ਜਿਹਾ ਲੱਗਦਾ ਹੈ ਇਹ ਦੇਖੀ ਉੱਪਰ ਤੋਂ ਲੈ ਕੇ ਥੱਲੇ ਤੱਕ ਨਾ ਸੇਮ ਹੀ ਕਲਰ ਹੋ ਜਾਣਾ ਫਿਰ ਕਿਉਂ ਗਿਆ ਮੈਨੂੰ ਨਹੀਂ ਚਾਹੀਦਾ ਝੁੰਮ ਕੇ ਪੰਡੋਰਾ ਦੇਖ ਨੱਚ ਪਾਉਂਦੀਆਂ ਕਿੰਨੇ ਪਿਆਰੀਆਂ ਹੈ ਨਾ ਸਾਰੀਆਂ ਹੀ ਦੀਦੀ ਮੁੜ ਜਾਓ ਉੱਧਰ ਨੂੰ ਪਤਾ ਕਿੱਧਰ ਦੀ ਰੇਂਜ ਸ਼ੁਰੂ ਹੋਈ ਹੈ ਉਸੇ ਤੇ ਹੋਈ ਆ ਵੱਧ ਹੀ ਹੋ ਗਈ ਆ ਉਸ ਸਾਈਡ ਨੂੰ ਭਾਬੀਆਂ ਵਾਸਤੇ ਲੈਣਾ ਨਾ ਹੁਣ ਦੇਖ ਕੇ ਲਉਂਗੇ ਵਿੱਚ ਭਾਬੀਆਂ ਨੂੰ ਪੰਡੋਰਾ ਭਾਬੀਆਂ ਨੂੰ ਪੰਡੋਰਾ ਪੰਡੋਰਾ ਚਾਹੀਦਾ ਪੰਡੋਰਾ ਭਾਬੀਆਂ ਵਾਸਤੇ
ਪੰਡੋਰਾ ਹੀ ਲੈ ਕੇ ਜਾਊਂਗੇ, ਠੰਡ ਰੱਖੋ, ਅਸੀਂ ਆਪਦੇ ਲਈ ਨਹੀਂ ਲਿਆ ਪੰਡੋਰਾ। ਇਹ ਨਾ ਸੌਂਗ ਗਾ ਗਾ ਕੇ ਸਾਡਾ ਕੰਮ ਖਰਾਬ ਕਰਦੇ ਆ। ਹੁਣ ਕਹਿੰਦੀ ਅਸੀਂ ਤਾਂ ਪੰਡੋਰਾ ਹੀ ਲਾਉਂਗੀ ਆਹ ਲੋਵੀਸਾ ਟੋਇਲਟ ਇੱਥੋਂ ਤਾਂ ਲੈ ਕੇ ਆਇਓ ਸਾਡੇ ਵਾਸਤੇ ਜ਼ਰੂਰੀ। ਚਲੋ ਚਲੋ ਅੱਗੇ ਚਲੋ। ਦੀਦੀ ਮੈਨੂੰ ਦੋ ਆਪਸ਼ਨ ਦੇ ਰਿਹਾ, ਕਹਿੰਦੇ ਆਹ ਦੋ ਚੀਜ਼ਾਂ ਲੈ ਲੈ, ਜਾਂ ਤਾਂ ਕੋਲਡ ਕੌਫੀ ਲੈ ਲੈ ਜਾਂ ਫਿਰ ਬੂਸਟ ਲੈ ਲੈ, ਔਰ ਦੋਨਾਂ 'ਚ ਆਈਸ ਪੈਣੀ ਹੈ, ਮੈਂ ਦੋਨੋਂ ਮੇਰਾ ਗਲਾ ਖਰਾਬ ਕਰੂੰਗੀ। ਨਹੀਂ ਗਲਾ ਖਰਾਬ ਹੁਣ ਹੋ ਤਾਂ ਗਿਆ ਹੀ ਹੈ ਸਾਡਾ। ਕਹਿੰਦੇ ਕੋਈ ਨਾ ਦਵਾਈ ਲੈ ਲਈ, ਚੰਗੀ ਤਰ੍ਹਾਂ ਖਰਾਬ ਕਰ ਲਈਏ। ਕਿਹੜਾ ਪੀਊਂਗੀ ਦੱਸ? ਪਾਈਨਐਪਲ ਐਂਡ ਮੈਂਗੋ ਸਮਥਿੰਗ, ਮਤਲਬ ਇਹ ਦੋਨੋਂ ਫਲੇਵਰਸ ਮੇਰੇ ਫੇਵਰੇਟ। ਪ੍ਰੋਟੀਨ ਐਂਡ ਐਨਰਜੀ ਵਾਲਾ ਤਾਂ ਰਹਿਣੀ ਦੇਈਏ। ਮੈਂ ਯੋਗਟ ਨਹੀਂ ਪਾਉਣਾ, ਮੈਂ ਉਹਨਾਂ ਨੂੰ ਫਲੇਵਰ ਨਹੀਂ ਨਾ ਕਦੇ ਟਰਾਈ ਕੀਤੇ, ਦੂਜੇ ਤਾਂ ਕਰੇਗੀ। ਯਾਰ ਅਲੱਗ ਅਲੱਗ ਲੰਬੀਆਂ ਯਾਰ, ਦੇਖੀ ਕਿਵੇਂ ਕਿਵੇਂ ਦੇ ਫਲੇਵਰ ਹੈ। ਹਾਂ ਮਿੰਟ ਸਪਿਨਚ ਸਪਿਨਚ ਹੀ ਕਹਿੰਦੇ ਠੀਕ ਹੈ, ਕੁਕੰਬਰ, ਸੈਲਰੀ, ਮੇਰੇ ਵਰਗੇ ਮਾਸਟਰ ਸ਼ਿਟ ਮੈਨ ਜਿਹਨੇ ਵੇਟ ਲੂਜ਼ ਕਰਨਾ ਹੈ, ਵੇਟ ਲੂਜ਼ ਸਟਿਲ। ਚੱਲ ਹੈ ਤਾਂ ਵਧੀਆ ਚੀਜ਼ ਹੈ, ਮਤਲਬ ਮੈਨੂੰ ਤਾਂ ਉਹ ਪੀਣਾ ਚਾਹੀਦਾ ਸੀ ਮੈਂਗੋ ਦੀ ਜਗ੍ਹਾ ਮਿੰਟ ਕੰਡੀਸ਼ਨ। ਵੈਰੀ ਹਾਟ, ਜੇ ਪੀਣੀ ਹੈ ਚੀਜ਼ ਫਿਰ ਜੋ ਪੀਣੀ ਹੋਈ ਹੈ ਸਵਾਦ ਜੇ ਪੀਏ, ਲੋਕ ਦੇਖ ਰਹੇ ਆ ਸਾਨੂੰ। ਹਾਂ ਉਹ ਦੇਖ ਪੈ ਗਈ ਬਰਫ਼ ਧੜਾ ਧੜ ਯਾਰ, ਮੈਂ ਉਹਨੂੰ ਕਹਿ ਕੇ ਆਈ ਆਈਸ ਥੋੜ੍ਹੀ ਘੱਟ ਪੈ ਗਈ। ਗੇਰਨ ਲੱਗੇ ਸੀ ਦੋਵੇਂ ਜਣੇ, ਉਹਨੀ ਮਿਹਨਤ ਬਰਬਾਦ ਹੋ ਜਾਣੀ ਸੀ ਵਿਚਾਰੀ ਦੀ, ਗਲਾ ਖਰਾਬ ਕਰਨ ਦਾ ਸਮਾਨ ਲੈ ਲਿਆ। ਸਹੀ ਗੱਲ ਹੈ, ਮੈਂ ਕਿਹਾ ਇਕੱਠੇ ਖਰਾਬ ਕਰੀਏ, ਚੰਗੀ ਤਰ੍ਹਾਂ ਜਾਮ ਕਰਦੀ ਹੈ ਉਹਨੂੰ, ਇਹਦੇ ਵਿੱਚ ਕਣੀਆਂ ਜੀ ਕਿਆ ਆ ਰਹੀ ਹੈ। ਪਾਈਨਐਪਲ ਮੈਨੂੰ ਲੱਗਦਾ ਪੈਸ਼ਨ ਫਰੂਟ ਦੀ ਜਿਹੜੀ ਉਹ ਸੀ ਨਾ, ਧੰਨ ਧੰਨ ਹੋ ਗਿਆ ਸੀ ਰੂਪੀ ਨੂੰ ਪਤਾ ਲੱਗ ਗਿਆ ਦਾਣੇ ਦਾਣੇ 'ਚ ਪੈਸ਼ਨ ਫਰੂਟ ਹੈ। ਪੈਸ਼ਨ ਚੱਲ ਜੋ ਵੀ ਆ, ਬੜਾ ਸਵਾਦ ਆ। ਕਿੱਦਾਂ ਕਰ ਰਹੀ ਸੀ ਨਾ ਉਹ ਪੰਡੋਰਾ ਵਾਲੀ, ਜਦੋਂ ਮੈਂ ਤੀਜੀ ਵਾਰੀ ਕਰਿਆ ਨਾ ਮੈਨੂੰ ਪਤਾ ਨਹੀਂ ਉਹਨੂੰ ਐਂ ਲੱਗ ਗਿਆ ਸੀਗਾ ਸੀ ਨਾ, ਹੈ ਨਹੀਂ ਉਹ ਚੀਜ਼ ਲੈਣ ਵਾਲੀ ਹੈ ਨਹੀਂ ਹੈ ਯਾਰ। ਜਦੋਂ ਮੈਂ ਤੀਜੀ ਪਹਿਲੀ ਵਾਰੀ ਕਰਿਆ ਉਹਨੇ, ਫਿਰ ਦੂਜੀ ਵਾਰੀ ਕਰਿਆ, ਜਦੋਂ ਤੀਜੀ ਵਾਰੀ ਕਹਿਣਾ ਨਾ ਮੇਰਾ ਤਾਂ ਹਾਦਸਾ ਨਿਕਲ ਗਿਆ। ਲੈ ਕੇ ਜਾਊਂਗੇ ਠੰਡ ਤੱਕ, ਦੋ ਦੋ ਭਾਬੀਆਂ ਸਾਡੀਆਂ ਮਾਰ ਦੂੰਗੀਆਂ ਤੁਹਾਨੂੰ ਸੀਰੀਅਸਲੀ ਯਾਰ, ਪਤਾ ਲੈ ਕੇ ਜਾਊਂਗੇ ਅਸੀਂ, ਡਿਸਾਈਡ ਨਹੀਂ ਕਿਆ ਕਰ ਰਹੀ ਹੈ ਯਾਰ ਤੂੰ ਇੱਦਾਂ ਦੀ ਹਰਕਤਾਂ। ਆਪ ਪਾਇਆ ਹੋਇਆ ਸੀ ਉਹਨਾਂ ਤੁਹਾਨੂੰ ਛੱਡੋ। ਸੋ ਵੀ ਆਰ ਡਨ ਵਿਦ ਦਾ ਸ਼ੋਪਿੰਗ, ਅਤੇ ਦੀਦੀ ਹੁਣ ਮੈਨੂੰ ਛੱਡਣ ਜਾਣਗੇ ਕਿੱਥੇ, ਇਹਦੇ ਕਾਰਨ ਮੈਂ ਸੌਂ ਲਾ। ਸਾਰਾ ਦਿਨ ਨਹੀਂ ਰੋਂਦੇ ਰਹਿੰਦੇ, ਮੈਂ ਸੋ ਜਾਂ ਮੈਂ ਉੱਠ ਜਾਂ ਵੀ ਕਹਿੰਦੇ ਕਰੋ ਕਦੀ, ਪਤਾ ਨਹੀਂ ਕਿਆ ਹੋਇਆ ਸਵੇਰੇ 5 ਵਜੇ ਅੱਖ ਖੁੱਲ ਗਈ, ਸੁਬਾਹ ਨੀਂਦ ਹੀ ਨਹੀਂ ਆਈ, ਹੁਣ ਨੀਂਦ ਆ ਗਈ। ਜੋਬ ਕੋ ਚਲੀ ਅਰੇ ਫਿਸ ਲੇ ਗਈ ਭਾਈ ਦਾ ਵੀ ਹਾਸਾ ਨਿਕਲਿਆ ਅਰੇ ਫਿਸ ਲੇ ਗਈ ਭਾਈ ਕਰਦਾ ਇਗਨੋਰ ਮਾਰਨ ਵਾਲੇ ਲੱਗੇ ਨਾ ਅੱਜ। ਦੋ ਤਿੰਨ ਜਣਿਆਂ ਨੇ ਕਿਹਾ ਸਨ ਸੀ ਯੂ ਆਰ ਯੂ ਯੂਟਿਊਬਰਸ ਯੂ ਬੋਥ, ਓ ਯੂ ਬੋਥ, ਯੇ ਵੀ ਬੋਥ। ਔਰ ਫਿਰ ਇੰਨੇ ਨਾਈਸ ਨਾਲ ਲੱਗਦੀ ਔਰ ਸਬਸਕ੍ਰਾਈਬ, ਲਾਈਕ ਮੈਨੂੰ ਨੋਟੀਫਿਕੇਸ਼ਨ ਆਈ, ਸੋ ਸਵੀਟ ਆਫ ਹਿਮ ਹਰ ਸੋਰੀ ਸੀ ਉਹ ਇੰਗਲਿਸ਼ ਮੈਂ ਕੋਈ। ਹਾਂ ਬੈਟਰੀ ਡਾਊਨ ਹੋ ਗਈ ਸਾਡੀ, ਇੱਥੇ ਹੀ ਹੁੰਦਾ ਐਂਡ ਛੱਕ ਨਾ ਅਸੀਂ ਖੁਸ਼ ਹੋ ਜਾਂਦੇ ਹਾਂ। ਵਧੀਆ ਦਿਨ ਸੀ ਯਾਰ, ਖਾਣਾ ਮੈਂ ਦਿਲ ਨਹੀਂ ਕਰ ਰਿਹਾ ਮੈਂ ਜੌਬ ਤੇ ਜਾਵਾਂ, ਮੇਰਾ ਵੀ ਨਹੀਂ ਕਰ ਰਿਹਾ ਕਿ ਤੂੰ ਜਾਵੇਂ ਸੱਚੀ ਯਾਰ। ਟਿਕਟੌਕ ਬਣਾਉਂਦੇ ਖਾ ਚਾ ਕੇ ਹੌਸੇ ਵੰਡਣੇ ਸੀਗੇ ਅੱਜ, ਅੱਜ ਕੋਈ ਨਹੀਂ ਸੀਗਾ।
ਤੇਰਾ ਬੰਦ ਦਾ ਜੋ ਮਜਬੂਰੀ ਆ ਯਾਰ ਇਹਨੇ ਤੋਂ ਆ ਕੇ ਤਾਂ ਤੂੰ ਰੁਪੀ ਆਫ ਲੈ ਚਾਹੇ ਥਰਸਡੇ ਰੱਖ ਲੈ ਆਫ ਉਹਨੇ ਜੌਬ ਤੋਂ ਹੀ ਨਾ ਆਫ ਦੇ ਨਹੀਂ ਥਰਸਡੇ ਕੋਈ ਨਹੀਂ ਨਾ ਉਹ ਦੋਨੋਂ ਪੂਰੀ ਖੱਪ ਪਾ ਸਕਦੇ ਹਾਂ ਨਾ ਯਾਰ